ਆਪਰੇਸ਼ਨ ਬਲੂ ਸਟਾਰ ਸਨ 1984 ਦੇ ਵੇਲੇ ਦਾ ਕਾਰਾ ਦੌਰ, ਜਦੋਂ ਭਾਰਤੀ ਫੌਜ ਨੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਡਿਊਟੀ ਅੰਦਰ ਦਾਖਲ ਹੋ ਕੇ ਪਵਿੱਤਰ ਸਰੋਵਰ ਨੂੰ ਖੂਨ ਨਾਲ ਭਰ ਦਿੱਤਾ। ਅਕਾਲ ਤਖ਼ਤ ਢਹਿ ਗਿਆ। ਉਸ ਵੇਲੇ ਜ਼ਰੂਰ ਫੌਜ 'ਚ ਕੁਝ ਸਿੱਖ ਵੀ ਸਨ ਜਿਨ੍ਹਾਂ ਨੇ ਫੌਜ ਦਾ ਸਾਥ ਦਿੱਤਾ, ਪਰ ਬਹੁਤੇ ਅਜਿਹੇ ਫੌਜੀ ਵੀ ਸਨ ਜਿਨ੍ਹਾਂ ਨੇ ਆਪਣੇ ਧਰਮ ਦੇ ਸਰਵਉੱਚ ਸਥਾਨ ਸ਼੍ਰੀ ਦਰਬਾਰ ਸਾਹਿਬ ਦੀ ਬੇਅਦਬੀ ਅਤੇ ਅਕਾਲ ਤਖ਼ਤ ਦੇ ਢਹਿ ਜਾਣ ਦੇ ਰੋਸ 'ਚ ਸਰਕਾਰ ਵਿਰੁੱਧ ਬਗਾਵਤ ਕੀਤੀ, ਹਥਿਆਰ ਚੁੱਕ ਲਏ ਅਤੇ ਸਰਕਾਰਾਂ ਨੇ ਉਹਨਾਂ ਫੌਜੀਆਂ ਦਾ ਵਿਦਰੋਹ ਕੁਚਲਦੇ ਹੋਏ ਉਹਨਾਂ ਨੂੰ ਜੇਲ੍ਹਾਂ 'ਚ ਬੰਦ ਕਰ ਦਿੱਤਾ। ਅਤੇ ਆਹ ਤਸਵੀਰਾਂ 'ਚ ਅਮਰਗੜ੍ਹ ਕੋਲ ਪਿੰਡ ਭੁੱਲਣਾ ਦੇ ਉਸੇ ਇੱਕ ਸਿੱਖ ਫੌਜੀ ਦੇ ਘਰ ਦਾ ਹਾਲ ਹੈ, ਜਿਸ ਨੂੰ ਨਾ ਕੋਈ ਸਿੱਖਾਂ ਦੀ ਹਮਦਰਦ ਕਹਾਉਣ ਵਾਲੀ ਸੰਸਥਾ ਨੇ ਹੁਣ ਤੱਕ ਪੁੱਛਿਆ ਹੈ ਅਤੇ ਨਾ ਹੀ ਸ਼੍ਰੋਮਣੀ ਕਮੇਟੀ ਨੇ ਕੋਈ ਸਾਥ ਲਈ ਹੈ। ਅਤੇ ਅੱਜ ਸਿੱਖ ਦੇ ਘਰ ਦਾ ਹਾਲ ਦੇਖ ਲਓ, ਗਰੀਬੀ 'ਚ ਜੀ ਰਿਹਾ, ਬੜਾ ਔਖਾ ਆਪਣਾ ਘਰ ਚਲਾ ਰਿਹਾ। ਮਿਜ਼ੋਰਾਮ ਦੇ ਵਿੱਚ ਜਿਹੜੇ ਬੰਦੇ ਸਾਡੇ ਛੁੱਟੀ ਕੱਟ ਕੇ ਜਾਂਦੇ ਰਹੇ ਨੇ, ਉਹ ਸਾਨੂੰ ਖਬਰ ਦਿੰਦੇ ਰਹੇ ਨੇ ਬਈ ਆਪਣਾ ਹਰਿਮੰਦਰ ਸਾਹਿਬ ਢਹਿ ਢੇਰੀ ਕਰ ਦਿੱਤਾ, ਤੋਪਾਂ ਚੱਲ ਗਈਆਂ, ਗੋਲੀਆਂ ਚੱਲ ਗਈਆਂ। ਅਸੀਂ ਕੀਤਾ, ਫਿਰ ਸਾਡੇ ਬੰਦਿਆਂ ਨੇ ਫਿਰ ਉਹ ਭੜਕ ਗਏ, ਭੜਕ ਕੇ ਗੁੱਸਾ ਖਾ ਕੇ ਫਿਰ ਅਸੀਂ ਉੱਥੇ ਫਿਰ ਬਗਾਵਤ ਕੀਤੀ, ਵੀ ਰਫਲਾਂ ਚੱਕ ਲਈਆਂ, ਅਸੀਂ ਸਾਰਾ ਹਥਿਆਰ ਚੱਕ ਲਏ, ਅਸੀਂ ਫਿਰ ਵਿਰੁੱਧ ਲੜਨ ਵਾਸਤੇ ਗੌਰਮੈਂਟ ਦੇ ਇਲਜ਼ਾਮ ਹੋਇਆ ਜੀ, ਸਾਨੂੰ ਫਿਰ ਫੜ ਕੇ ਸਾਨੂੰ ਜੇਲ੍ਹਾਂ ਦੇ ਵਿੱਚ ਦੇ ਦਿੱਤਾ, ਫਿਰ ਸਾਨੂੰ ਸਜ਼ਾ ਹੋਈ। ਕਿੰਨੇ ਸਾਲ? ਸਾਨੂੰ ਸਜ਼ਾ ਜੀ ਕਿਸੇ ਨੂੰ 10 ਸਾਲ, ਕਿਸੇ ਨੂੰ 5 ਸਾਲ, ਕਿਸੇ ਨੂੰ 7 ਸਾਲ, ਮੈਨੂੰ 10 ਸਾਲ ਸਜ਼ਾ ਹੋਈ ਸੀਗੀ। ਹਾਲਾਤ ਸਾਡੇ ਮਾੜੇ ਨੇ ਜੀ, ਤੁਸੀਂ ਦੇਖ ਸਕਦੇ ਹੋ ਵੀ ਸਾਡੇ ਹਾਲਾਤ ਆ, ਢੇਰੀ ਢਹਿ ਹੋ ਗਏ, ਸਾਰੇ ਸਾਡੇ ਘਰ ਢਹਿ ਗਏ, ਬਸ ਸਾਡਾ ਹਾਲਾਤ ਹੁਣ ਮਾੜੇ ਨੇ ਜੀ। ਨਾ ਜੀ ਕਿਸੇ ਸਰਕਾਰ ਵੱਲੋਂ, ਕਿਸੇ ਸਾਨੂੰ ਸ਼੍ਰੋਮਣੀ ਕਮੇਟੀ ਵੱਲੋਂ, ਕਿਸੇ ਕਲੱਬ ਵੱਲੋਂ ਕਿਸੇ ਨੇ ਅਜੇ ਤੱਕ ਸਾਡੀ ਕੋਈ ਸਾਰ ਨਹੀਂ ਲਈ, ਸਾਰੇ ਫੌਜੀਆਂ ਦੀ। ਬਸ ਹੁਣ ਇਹ ਆ ਜੀ, ਜੇ ਸਾਡੀ ਥੋੜ੍ਹੀ ਬਹੁਤੀ ਕੋਈ ਬਾਂਹ ਫੜੇ, ਸਾਡਾ ਕੁਛ ਗੁਜ਼ਾਰਾ ਚੱਲਣ ਜੋਗੇ ਹੋਈਏ। ਵਿੱਚ ਬਹੁਤ ਐਸੇ ਫੌਜੀ ਨੇ ਜਿਹੜੇ ਸਾਡੇ ਵਰਗੇ ਹਾਲਾਤ ਨੇ, ਜਿਨ੍ਹਾਂ ਦੇ ਉਹਨਾਂ ਨੂੰ ਕੁਛ ਨਾ ਕੁਛ ਕਿਧਰੋਂ ਮਿਲ ਜੇ ਤਾਂ ਫਿਰ ਸਾਡਾ ਗੁਜ਼ਾਰਾ ਚੱਲਦਾ। ਮੇਰੇ ਪਤੀ ਪਹਿਲਾਂ ਫੌਜ 'ਚ ਸੀਗੇ, ਫਿਰ ਇਹਨਾਂ ਨੂੰ ਸਜ਼ਾਵਾਂ ਹੋ ਗਈਆਂ। ਕਿੱਥੋਂ ਆਏ ਨੇ ਫਿਰ ਇਹ ਉੱਥੇ? ਇਹ ਨੇਪਾਲ ਦੀ ਜੇਲ੍ਹ 'ਚੋਂ ਆਏ ਨੇ ਫਿਰ। ਦੂਜੇ ਪਾਸੇ ਸੋਚੀਏ, ਜੇ ਸਿੱਖ ਨੇ ਵੀ ਬਾਕੀਆਂ ਵਾਂਗ ਚੁੱਪ ਚਾਪ ਸਭ ਦੇਖ ਕੇ ਸਹਿ ਕੇ ਆਪਣੀ ਨੌਕਰੀ ਚਾਲੂ ਰੱਖੀ ਹੁੰਦੀ ਤਾਂ ਜਿਸ ਨੂੰ ਸਰਕਾਰੀ ਪੈਨਸ਼ਨ ਆਉਣੀ ਸੀ, ਪਰ ਇਸ ਦੇ ਉਲਟ ਇਸਨੇ ਦਰਬਾਰ ਸਾਹਿਬ ਹੋਈ ਬੇਅਦਬੀ ਦਾ ਵਿਰੋਧ ਕੀਤਾ, ਧਰਮ ਦਾ ਰਾਹ ਚੁਣਿਆ ਅਤੇ ਸਜ਼ਾ ਵਜੋਂ ਗਰੀਬੀ 'ਚ ਆਪਣਾ ਗੁਜ਼ਾਰਾ ਕਰ ਰਿਹਾ ਹੈ। ਅਮਰਗੜ੍ਹ ਤੋਂ ਜਤਿੰਦਰ ਸ਼ਰਮਾ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। Team 4 Entertainment and Trans 99 Logistics proudly present Dilji Dosanjh, The Road Tour. Co-presented by Trans Expert and Sarai Trucking. On Saturday, June 22nd at First Ontario Centre, Hamilton. In association with T. Media House, Road Link Express and Friends Furniture. Tickets are available at Friends Video or Ticketmaster.ca. For tickets and sponsorship, 905-792-1234. 905-793-1234. ਕੈਨੇਡਾ ਸਟੂਡੈਂਟ ਵੀਜ਼ਾ ਤੇ ਜਾਣ ਵਾਲਿਆਂ ਲਈ ਹੁਣ ਖਾਸ ਖੁਸ਼ਖਬਰੀ, GIC ਦੀ ਫੀਸ ਨਹੀਂ ਵੱਧ ਰਹੀ। ਇਫੈਕਟਿਵ 1 ਅਪ੍ਰੈਲ ਤੋਂ GIC ਦੀ ਫੀਸ 10,200 ਹੀ ਰਹੇਗੀ। ਸੋ ਜੇ ਤੁਸੀਂ ਸਪਟੈਂਬਰ ਜਾਂ ਜਨਵਰੀ ਸੈਸ਼ਨ ਲਈ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 9253 9563।